ਚੱਲ ਜੀ ਕੌਰ ਸੰਧੂ ਵੱਲੋਂ ਅਤੇ ਇੱਕ ਗਾਈਜ਼ ਮੈਂ ਕਹਿੰਦੀ ਹਾਂ ਵੀ ਲੋਕ ਕਹਿੰਦੇ ਹੁੰਦੇ ਸੀ ਇੰਸਟਾ ਛੱਡ ਦਿਉ ਛੱਡ ਦਿਉ, ਮੈਂ ਕਹਿੰਦੀ ਇੰਸਟਾ ਵਰਗਾ ਰਿਸ਼ਤਾ ਕਿਸੇ ਨਾਲ ਹੀ ਨਹੀਂ ਹੈਗੇ ਆ, ਕਿਉਂ ਨਹੀਂ ਹੈਗਾ ਗਾਈਜ਼? ਇਹ ਕਦੀ ਨੋਟਿਸ ਕਰਿਓ ਵੀ ਜਦੋਂ ਆਪਾਂ ਸੈਡ ਆ ਨਾ, ਅਤੇ 2 ਦਿਨ ਨਾ ਮੈਂ ਸੈਡ ਰਹੀ ਗਾਈਜ਼, ਪਰਖਣ ਵਾਲੀ ਗੱਲ ਆ ਵੀ ਚਲੋ ਇੰਸਟਾਗ੍ਰਾਮ ਦਾ ਚਲੋ ਪਿਆਰ ਹੀ ਇੰਨਾ ਵਾ ਕਿ ਉਹਨਾਂ ਨੂੰ ਪਤਾ ਲੱਗ ਗਿਆ ਵੀ ਕੌਰ ਸੰਧੂ ਸੈਡ ਆ, ਅਤੇ ਇੰਨੀਆਂ ਸੈਡ ਰੀਲਾਂ ਪਾਈ ਜਾਂਦੇ ਸੀ ਨਾ, ਇੰਨੀਆਂ ਸੈਡ ਰੀਲਾਂ, ਅਤੇ ਮੈਂ ਵੀ ਚੱਕ ਸਟੋਰੀ ਚੱਕ ਵੀਡੀਓ ਚੱਕ ਸਟੇਟਸ ਸੈਡ ਸੈਡ ਸੈਡ, ਜਾਣੀ ਕਿ ਇੰਸਟਾਗ੍ਰਾਮ ਦਾ ਪਿਆਰ ਦੇਖੋ ਵੀ ਕਿੰਨਾ ਫੀਲਿੰਗ ਨੂੰ ਸਮਝਦੇ ਆ ਵੀ ਇਹ ਬੰਦਾ ਸੈਡ ਹੈ, ਅਤੇ ਇਹਨੂੰ ਸੈਡ ਹੀ ਸਾਰੀਆਂ ਵੀਡੀਓ ਭੇਜਣੀਆਂ, ਅਤੇ ਮੈਂ 2 ਦਿਨ ਗਾਈਜ਼ ਸੈਡ ਰਹੀ ਅਤੇ ਸੈਡ ਹੀ ਵੀਡੀਓ ਆਈਆਂ, ਅਤੇ ਮੇਰੇ ਨਾ ਸਟੇਟਸ ਇੱਦਾਂ ਦੇ ਸੈਡ ਸਟੇਟਸ ਸੀ ਨਾ, ਅਤੇ ਲੋਕ ਤਾਂ ਮੈਨੂੰ ਇੱਥੇ ਘਰ ਹਾਲ ਚਾਲ ਪੁੱਛਣ ਲੱਗ ਪਏ ਵੀ ਕੀ ਗੱਲ ਹੋਈ ਕੀ ਗੱਲ ਹੋਈ, ਅਤੇ ਹੁਣ ਮੈਂ ਇੰਸਟਾਗ੍ਰਾਮ ਦਾ ਨਾਮ ਲਾਵਾਂ ਵੀ ਮੈਨੂੰ ਇੰਨਾ ਵਧੀਆ ਭੇਜਦੇ ਸੀ ਨਾ, ਅਤੇ ਮੈਂ ਲਾ ਕੇ ਨਾ ਸਟੇਟਸ ਭੇਜ ਦਿੰਦੀ ਹੁੰਦੀ ਚੱਕ ਅਤੇ ਦੇਖੀ ਜਾਓ, ਅਤੇ ਮੈਨੂੰ ਜਦੋਂ ਆ ਕੇ ਨਾ ਹੱਦ ਤਾਂ ਉਦੋਂ ਹੋ ਗਈ, ਅਤੇ ਜਦੋਂ ਕੋਈ ਆਈ ਮੇਰੇ ਕੋਲ ਤਾਂ ਕਹਿੰਦੀ ਕੀ ਹੋਇਆ ਦੀਦੀ ਤੁਹਾਨੂੰ ਇੰਨੇ ਸੈਡ ਸਟੇਟਸ? ਮੈਂ ਕਿਹਾ ਯੂ ਇੰਸਟਾਗ੍ਰਾਮ ਵਾਲੇ ਭੇਜਦੇ ਬੜੇ ਵਧੀਆ ਇੰਸਟਾਗ੍ਰਾਮ ਨਾ, ਉਹਨਾਂ ਨੂੰ ਪਤਾ ਲੱਗ ਗਿਆ ਵੀ ਕੌਰ ਸੰਧੂ ਸੈਡ ਆ, ਤਾਂ ਜਿਹਨਾਂ ਨੇ ਸੈਡ ਹੀ ਭੇਜਣੇ ਆ, ਅਤੇ ਰਿਸ਼ਤਾ ਬੜਾ ਗਾੜਾ ਬਣ ਗਿਆ। ਥੈਂਕ ਯੂ ਗਾਈਜ਼, ਥੈਂਕ ਯੂ ਫੋਲੋਵਰਸ ਨੂੰ, ਬਹੁਤ ਬਹੁਤ 32 ਮੇਰੇ ਕੇ ਹੋ ਗਏ ਆ, ਅਤੇ ਥੈਂਕ ਯੂ ਬਹੁਤ ਬਹੁਤ ਸਪੋਰਟ ਕਰਨ ਲਈ, ਅਤੇ ਅੱਗੇ ਅੱਗੇ ਮੈਨੂੰ ਗੱਲ ਨਹੀਂ ਆਉਂਦੀ। ਓਕੇ ਬਾਏ, ਫੋਲੋ ਕਰੋ, ਪਜਾ ਕੇ ਕਰੋ ਮੈਨੂੰ।